ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਗੁਰੂ ਦੀ ਨਗਰੀ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਵਿੱਚ ਤੀਸਰਾ ਇਹ ਜੋ ਘੋੜਿਆਂ ਦਾ ਮੇਲਾ ਦਮਦਮਾ ਸੁਸਾਇਟੀ ਦਮਦਮਾ ਸਾਹਿਬ ਵੱਲੋਂ ਤੀਸਰੇ ਸਾਲ ਇਹ ਲਾਇਆ ਗਿਆ 2024। ਅੱਜ ਦਿਨ ਸੋਮਵਾਰ 19 फरवरी 2024 ਦਾ। ਇਹ ਇੱਕ ਸੁਸਾਇਟੀ 3 ਸਾਲ ਪਹਿਲਾਂ ਇਹ ਛੋਟਾ ਜਿਹਾ ਪ੍ਰੋਗਰਾਮ ਕਰਨ ਲੱਗੇ ਤੇ ਗੁਰੂ ਮਹਾਰਾਜ ਦੀ ਕਿਰਪਾ ਉਸੇ ਸਾਲ ਇਹ ਐਡਾ ਕੁ ਵੱਡਾ ਹੋ ਗਿਆ ਤੇ ਲਗਾਤਾਰ 3 ਸਾਲ ਹੋ ਗਏ। ਸੁਸਾਇਟੀ ਦੇ ਮੈਂਬਰ ਸਾਰੇ ਨੇ, ਕੋਈ ਪ੍ਰਧਾਨ ਨਹੀਂ, ਕੋਈ ਸੈਕਟਰੀ ਨਹੀਂ, ਪਰ ਜ਼ਿੰਮੇਵਾਰੀ 15-20 ਬੰਦੇ ਇਹੋ ਜਿਹੇ ਨੇ ਜਿਹੜੇ ਇਸ ਸੁਸਾਇਟੀ ਨੂੰ ਅੱਗੇ ਲੈ ਕੇ ਜਾ ਰਹੇ ਨੇ। ਉਹਨਾਂ 'ਚੋਂ ਇੱਕ ਚੱਠਾ ਸਾਹਿਬ ਜਿਹੜੀ ਇਹ ਸੋਚ ਨੂੰ ਅੱਗੇ ਲੈ ਕੇ ਜਾ ਰਹੇ ਆ, ਘੋੜਿਆਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ, ਇਸ ਸ਼ੌਂਕ ਨੂੰ ਵਧਾਉਣ ਲਈ। ਚੱਠਾ ਸਾਹਿਬ ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਤਹਿ ਦਿਲੋਂ ਧੰਨਵਾਦ ਤੁਸੀਂ ਸਾਡੇ ਨਿੱਕੇ ਜਿਹੇ ਸੱਦੇ 'ਤੇ 3 ਮੇਲੇ ਹੋ ਗਏ ਸਾਨੂੰ ਫਰਮਾਉਂਦਿਆਂ ਨੂੰ ਸਾਡੇ ਅਤੇ ਸਾਡੀ ਸੁਸਾਇਟੀ ਕੰਨਿਓਂ ਤੁਹਾਡਾ ਤਹਿ ਦਿਲੋਂ ਧੰਨਵਾਦ। ਇਹ ਚੱਠਾ ਸਾਹਿਬ ਘੋੜੇ ਦਾ 9 ਸੂਰੇ ਨੂੰ ਦੀਵਾ ਦਿਖਾਉਣ ਵਾਲੀ ਗੱਲ ਆ, ਅਤੇ ਫਿਰ ਵੀ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਵੀ ਭਾਈ ਜੀ ਦਾ ਨਾਂ ਹੈਗਾ ਰਾਜ ਰੂਪ। ਇਹ ਜਿੰਨਾ ਇਹਦਾ ਰੂਪ ਆ, ਜਿੰਨਾ ਇਹਦਾ ਹੁਸਨ ਆ, ਇਹ 9 ਉਸ ਹਿਸਾਬ ਕਿਤਾਬ ਨਾਲ ਹੀ ਰੱਖਿਆ। ਬਸ ਜਿਵੇਂ ਮਰਜ਼ੀ ਕਹਿ ਲਓ ਜੀ, ਰਾਜ ਸਾਡੇ ਟੋਟਲੀ ਜਾਨਵਰ ਜਿੰਨੇ ਮੇਰੇ ਕੋਲ ਫਾਰਮ ਦੇ ਵਿੱਚ ਤਕਰੀਬਨ 16 ਫਾਰਮ ਹੈ, ਰਾਜ ਹਰੇਕ ਦੇ ਨਾਲ ਹੀ ਲੱਗਦਾ। 16 ਜਾਨਵਰ ਨੇ, ਹਰੇਕ ਦੇ ਨਾਲ ਅਸੀਂ ਮੂਹਰੇ ਰਾਜ ਲਾਉਂਦੇ ਹਾਂ ਜੀ। ਰਾਜ ਪ੍ਰਤਾਪ ਹੋ ਗਿਆ, ਰਾਜ ਵੀਰਾ ਹੋ ਗਈ, ਰਾਜ ਫਤਿਹ ਹੋ ਗਿਆ, ਰਾਜ ਅੰਸ਼ ਹੋ ਗਏ, ਐਸਲੂਟ ਮੇਰੇ ਨਾਂ ਰੱਖੇ ਹੋਏ ਜੀ ਸਾਰਿਆਂ ਦੇ। ਰਾਜ ਜਾਨੀ ਰਾਜ, ਅਸੀਂ ਬਸ ਨਿਕਨੇਮ ਹਰੇਕ ਦਾ ਰਾਜ ਆ। ਉਹ ਲਾਇਆ ਇਸੇ ਤੋਂ ਹੀ ਹੈ। ਚੱਠਾ ਸਾਹਿਬ ਜਦੋਂ ਅਸੀਂ ਆਏ ਹਾਂ ਤੇ ਬੜਾ ਇਕੱਠ ਹੋਇਆ ਹੋਇਆ ਸੀ ਬੱਚੇ, ਇਹਦੇ ਵਾਕਈ ਰਾਜ ਰੂਪ ਹਾਂ ਜੀ, ਯਾਨੀ ਹਿੰਦੁਸਤਾਨ ਦਾ ਵਧੀਆ ਇਸ ਕੱਢ। ਮੈਂ ਬਾਈ ਜੀ ਆਪਦੇ ਮੂੰਹੋਂ ਮਿੱਠੂ ਵਾਲੀ ਗੱਲ ਹੈ ਜੀ, ਬਾਬੇ ਨੇ ਕਿਰਪਾ ਇੰਨੀ ਕੀਤੀ ਹੋਈ, ਤਕਰੀਬਨ ਇਹਦੋਂ 125 ਘੋੜੀ ਵੇਟ ਹੋਈ ਹੈ ਜੀ ਅਤੇ ਇਸ ਮੇਲੇ ਦੇ ਵਿੱਚ ਇਹਦੇ ਨੁਕਰੇ ਚੰਬਕਾਂ ਦੇ ਮਗਰ ਬੱਚੇ 10-12 ਇਸ ਮੰਡੀ 'ਚ ਫਿਰਦੇ ਆ ਜੀ। ਕੋਈ ਬਾਹਲਾ ਆਪਾਂ ਨੂੰ ਕਹਿਣ ਦੀ ਲੋੜ ਨਹੀਂ, ਬਾਬਾ ਜੋਰਾ ਜੀ ਹੈ ਉਹਨਾਂ ਦੇ ਅਵਲਖ ਘੋੜੀ ਮਗਰ ਪਿਛੇਰੀ ਖੜੀ, ਇੱਕ ਚੰਬੀ ਘੋੜੀ ਦਾ ਬੱਚਾ ਉਹ ਸਟੋਰੀ 'ਚ ਆਇਆ ਹੋਇਆ, ਆਹ ਦੀਪ ਬੱਸ ਵਾਲੇ ਬਾਈ ਜੀ ਦੇ ਘਰੇ ਪਿਛੇਰੀ ਹੈ ਜੀ। ਉਦੋਂ ਅਸੀਂ ਦੂਜਾ ਹਾਂ ਫਿਰ ਘੋੜਾ ਖੜਾ ਇੱਕ ਆਪਣੇ ਪਹਿਲਾਂ ਵਾਲੇ ਘੋੜੇ ਦਾ ਬੱਚਾ ਉਹਨਾਂ ਦੇ ਘਰੇ, ਆਪਣੇ ਇਸੇ ਘੋੜੇ ਦੀ ਬੱਚੀ ਬੀਬੀ ਘੋੜੀ ਦੇ ਮਗਰ ਨੁਕਰਿਆਂ ਦੇ ਮਗਰ ਤਾਂ ਨੁਕਰੇ ਹੋਣੇ ਹੀ ਹੈ ਜੀ। ਚੰਬੀਆਂ ਦੇ ਬਹੁਤ ਸੋਹਣੇ ਮਤਲਬ ਬੱਚੇ ਪੈਦਾ, ਯਾਨੀ ਚੰਬੀਆਂ ਦੇ ਵੀ ਬੱਚੇ ਬਹੁਤ। ਘੋੜੇ ਦਾ ਮੇਨ ਮਕਸਦ ਬੱਚਾ ਪ੍ਰੋਡਿਊਸ ਕਰਨਾ ਹੈ। ਫੀਸ ਇਹਦੀ ਕਿੰਨੀ ਰੱਖੀ ਹੈ? ਬਾਜਬ 21,000। ਇਹਦੇ ਲਈ ਇੱਕ ਤਾੜੀ ਬਣਦੀ ਹੈ, ਇਹਦੇ ਲਈ ਇੱਕ, ਕਿਉਂਕਿ ਬਹੁਤ ਜਾਇਜ਼ ਫੀਸ ਰੱਖੀ ਹੋਈ ਹੈ। ਜੇ ਆਪਾਂ 50,000 ਲੱਖ ਕਰ ਦਿੰਦੇ ਹਾਂ ਬਾਈ ਜੀ, ਕਈ ਵਾਰ ਇਹ ਨਹੀਂ ਕਹਿਣ ਜੋ ਹੁੰਦੇ ਸਾਰੇ ਬੱਚੇ ਲੱਖਾਂ ਵਾਲੇ ਹੋ ਜਾਂਦੇ ਆ, ਲੱਖ ਕਰੋੜਾਂ ਵਾਲੇ ਹੋ ਜਾਂਦੇ ਆ। ਕਈ ਵਾਰ ਬੱਚਾ ਕੋਈ ਮਾੜਾ ਵੀ ਹੁੰਦਾ ਅਗਰ ਬੰਦੇ ਨੂੰ ਫੀਸ ਚੁੱਭਦੀ ਨਹੀਂ ਬਾਈ ਜੀ। ਚੱਠਾ ਸਾਹਿਬ ਮੰਡੀ ਤਾਂ ਬਹੁਤ ਭਰੀ ਹੋਈ ਆ, ਪਰ ਜਿਹੜਾ ਕਿਸਾਨੀ ਅੰਦੋਲਨ ਆ ਜਾਂ ਕੋਈ ਅਸਰ ਪਿਆ ਵਾ? ਚਲੋ ਬਾਈ ਜੀ, ਉਹ ਵੀ ਆਪਣਾ ਹੀ ਹੈ, ਆਪਣਾ ਹਾਂ, ਉਹਦੇ ਨਾਲ ਅਸਰ ਤਾਂ ਦੇਖੋ ਪਿਆ। ਜੇ ਤਾਂ ਹੁਣ ਬਾਬੇ ਨੂੰ ਕੋਈ ਸਾਨੂੰ ਪਤਾ ਹੁੰਦਾ ਤਾਂ ਅਸੀਂ ਸ਼ਾਇਦ ਇਹ ਦਿਨ ਨਾ ਰੱਖਦੇ, ਅਤੇ ਨਾ ਹੀ ਉਹਨਾਂ ਨੂੰ ਪਤਾ ਸੀ ਵੀ ਇਹ ਸੰਘਰਸ਼ ਸ਼ੁਰੂ ਕਰਨਾ ਪੈਣਾ, ਕਿਉਂਕਿ ਇਹ ਵੀ ਕਿਸਾਨੀ ਨਾਲ ਹੀ ਰਿਲੇਟਡ ਕੀਤਾ। ਉਹੀ ਕਿਸਾਨ ਉੱਥੇ ਨੇ, ਉਹੀ ਇੱਥੇ ਨੇ, ਕਿਉਂਕਿ ਆਪਾਂ ਨੂੰ ਵੀ ਪਤਾ ਨਹੀਂ ਸੀ ਇਸ ਗੱਲ ਦਾ, ਪਤਾ ਨਹੀਂ ਸੀਗਾ। ਕੁਝ ਵਪਾਰੀ ਇਹ ਲੋਕ ਹੀ ਗੱਲਾਂ ਕਰਦੇ ਆ ਵੀ ਆਪਣੇ ਕੋਲ, ਦੇਖੋ ਯੂਪੀ ਤੋਂ, ਤੁਸੀਂ ਪਿਛਲੀ ਵਾਰੀ ਦੇਖਿਆ ਯੂਪੀ ਤੋਂ, ਮਹਾਰਾਸ਼ਟਰ ਤੋਂ, ਤਾਮਿਲਨਾਡੂ ਤੋਂ ਇੱਥੇ ਗਾਹਕ ਆਏ ਹੋਏ ਸੀਗੇ ਜੀ, ਜਾਂ ਮਤਲਬ ਜਾਨਵਰ ਘੋੜੇ ਆਪਦੇ ਲੈ ਕੇ ਆਏ, ਰਾਜਸਥਾਨ ਚੋਂ ਲਾ ਲਓ ਜਾਂ ਹਰਿਆਣੇ ਚੋਂ ਲਾ ਲਓ, ਉਹਦਾ ਅਸਰ ਪਈ ਸੀ ਜ਼ਰੂਰ ਜ਼ਰੂਰ ਵੀ। ਮਤਲਬ ਗੱਲ ਕਰ, ਬਾਬੇ ਦੀ ਕਿਰਪਾ ਇੰਨੀ ਹੋਈ ਹੈ, ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਕਿਹਾ ਸੀ, ਬਹੁਤ ਛੋਟੀ ਸੋਚ ਲੈ ਕੇ ਚੱਲੇ ਸੀ। ਪਹਿਲਾ ਮੇਲਾ ਸਾਡਾ ਤਕਰੀਬਨ ਅਸੀਂ 25-30 ਸਟੋਰੀਆਂ, 35 ਲਾ ਲਓ, 35 ਸਟੋਰੀਆਂ ਕਰੀਆਂ ਸੀ, 5 ਕਿੱਲਿਆਂ ਸੀ। ਦੂਜਾ ਮੇਲਾ ਅਸੀਂ ਕੀਤਾ ਰਾਮਾ ਰੋਡ ਦੇ ਉੱਪਰ, ਤਾਂ ਉੱਥੇ ਸਾਡੀਆਂ 65-85 ਸਟੋਰੀਆਂ, ਐਕਟ 120 ਸਟੋਰੀ, ਜਿਹਦੇ 'ਚੋਂ 95 ਸਟੋਰੀਆਂ ਫੁੱਲ ਕੰਪਲੀਟ ਹੋ ਰਹੀਆਂ। ਹਾਂਜੀ, ਬਸ ਉਹੀ 20-30 ਸਟੋਰੀਆਂ, ਜੇਕਰ ਉਹ ਬਾਹਰਲੇ ਵਪਾਰੀ ਆ ਜਾਂਦੇ ਜੀ, ਬਾਬਾ ਹੋਰ ਕਿਰਪਾ ਕਰਦਾ, ਕੋਈ ਗੱਲ ਨਹੀਂ, ਅਗਲਾ ਸਾਲ ਸਹੀ ਇਹੀ ਜ਼ਮੀਨ ਦੇ ਵਿੱਚ ਤੁਹਾਡੇ ਨਾਲ ਪ੍ਰੋਮਿਸ ਕਰਦੇ, ਤੂੰ ਚੰਗਾ ਮੇਲਾ ਲਾਣਾ 2025 'ਚ। ਥੈਂਕ ਯੂ ਸਰ, ਧੰਨਵਾਦ।